ਫਗਵਾੜਾ ਪੁਲਿਸ ਨੇ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਲਿਆ ਕੇ ਫਗਵਾੜਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ 40 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਵਰੁਣ ਸੂਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਸ ਸੰਬੰਧੀ SP ਫਗਵਾੜਾ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਥਾਣਾ ਸਦਰ ਦੇ ਅੰਡਰ ਟ੍ਰੇਨਿੰਗ DSP ਬਵਨਦੀਪ ਸਿੰਘ ਅਤੇ CIA ਸਟਾਫ ਦੀ ਟੀਮ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਲਗਾਏ ਗਏ ਨਾਕੇ ਦੌਰਾਨ ਪੁਲਿਸ ਨੇ ਕਾਰ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਦੌਰਾਨੇ ਤਲਾਸ਼ੀ ਕਾਰ ਵਿੱਚੋਂ 40 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਹੋਈ। ਦੋਸ਼ੀ ਦੀ ਪਹਿਚਾਣ ਵਰੁਣ ਸੂਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜਦਕਿ ਇਸ ਦਾ ਇੱਕ ਹੋਰ ਸਾਥੀ ਜੋ ਕਿ ਦੂਸਰੀ ਕਾਰ ਵਿੱਚ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ। SP ਮੁਤਾਬਕ ਇਹ ਵਿਅਕਤੀ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਲਿਆ ਕੇ ਫਗਵਾੜਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਪਲਾਈ ਕਰਦੇ ਸਨ। ਪੁਲਿਸ ਮੁਤਾਬਕ ਦੂਸਰਾ ਦੋਸ਼ੀ ਜੋ ਫਰਾਰ ਹੋ ਗਿਆ ਹੈ ਉਸ ਦੀ ਪਹਿਚਾਣ ਪਵਨ ਵਾਸੀ ਲੁਧਿਆਣਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਫਰਾਰ ਹੋਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਕਿ ਜਲਦ ਹੀ ਪੁਲਿਸ ਹਿਰਾਸਤ ਵਿੱਚ ਹੋਵੇਗਾ। ਅੱਜ ਅਰਲੀ ਮਾਰਨਿੰਗ ਸਾਡੀ ਜਿਹੜੀ ਟੀਮ ਸੀਗੀਆਂ SHO ਸਦਰ ਬਵਨ ਐਂਡ CIA ਸਾਡੇ ਜਿਹੜੇ ਹੈਗੇ ਆ ਪਰਮਜੀਤ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਗੱਡੀਆਂ ਹੈਗੀਆਂ ਜਿਹੜੀਆਂ ਕਿ ਚੰਡੀਗੜ੍ਹ ਤੋਂ ਸਮਾਨ ਜਿਹੜਾ ਸਮਗਲ ਕਰਕੇ ਫਗਵਾੜਾ ਏਰੀਆ 'ਚ ਔਰ ਫਗਵਾੜੇ ਦੇ ਨਾਲ ਲੱਗਦੇ ਹੋਰ ਕਸਬਿਆਂ ਦੇ ਵਿੱਚ ਸ਼ਰਾਬ ਦੀ ਡਿਲੀਵਰੀ ਦਿੰਦੀਆਂ। ਉਸ ਸੰਬੰਧ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਔਰ ਇਹ ਕਾਰ ਅਸੀਂ ਜਿਹੜੀ ਹੈਗੀ ਆ ਸਨੀ ਨਿਸ਼ਾਨ ਵਾਲਿਆਂ ਦੀ ਉਹਨੂੰ ਅਸੀਂ ਕਾਬੂ ਕੀਤਾ। ਉਹਦੇ ਵਿੱਚੋਂ ਸਾਨੂੰ 40 ਬਾਕਸ ਜਿਹੜੇ ਹੈਗੇ ਆ ਰਾਇਲ ਗੋਲਡ ਦੇ ਮਿਲੇ ਆ। ਉਹਦੇ ਸੰਬੰਧੀ ਅਸੀਂ FIR ਨੰਬਰ 79 ਸਦਰ ਫਗਵਾੜੇ ਵਿੱਚ ਦਰਜ ਕੀਤੀ ਆ ਔਰ ਫਰਦਰ ਹਾਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਿੰਨੇ ਲੋਕ ਸਵਾਰ ਸੀ ਕਾਰ ਦੇ ਵਿੱਚ? ਇਹਦੇ ਵਿੱਚ ਇੱਕੋ ਹੀ ਲੜਕਾ ਸੀਗਾ ਜਿਹੜਾ ਵਰਨ ਸੂਰੀ ਸੀ ਔਰ ਜਿਹੜੀ ਸਾਡੇ ਸੋਰਸ ਦੇ ਮੁਤਾਬਕ ਇਹਦੇ ਅੱਗੇ ਇੱਕ ਗੱਡੀ ਚੱਲਦੀ ਸੀ ਬਰੀਜ਼ਾ, ਉਹਦੇ ਵਿੱਚ ਹੈਗਾ ਲੜਕਾ ਜਿਹੜਾ ਪਵਨ, ਉਹਨੂੰ ਪਾਇਲਟ ਕਰ ਰਿਹਾ ਸੀਗਾ ਔਰ ਉਹ ਸਾਡੇ ਮਿਸ ਹੋ ਗਈ ਸਾਡੀ ਟੀਮ ਕੋਲੋਂ ਜਿਹੜੀ ਦੂਜੀ ਵਾਲੀ ਗੱਡੀ ਆ ਔਰ ਜੋ ਸਾਡੇ ਕੋਲ ਇਨਫੋਰਮੇਸ਼ਨ ਮੁਤਾਬਕ ਦੋਨਾਂ ਹੀ ਗੱਡੀਆਂ ਦੇ ਵਿੱਚ ਸਮਾਨ ਸੀਗਾ ਪਰ ਇੱਕ ਗੱਡੀ ਅਸੀਂ ਕਾਬੂ ਕਰ ਲਈ, ਦੂਜੀ ਅਸੀਂ ਗੱਡੀ ਬਹੁਤ ਜਲਦੀ ਉਹਨੂੰ ਵੀ ਅਸੀਂ ਰਾਊਂਡ ਅਪ ਕਰਾਂਗੇ। ਹਾਂ FIR ਦੋਨਾਂ 'ਤੇ ਹੀ ਦਰਜ ਹੈ ਜੋ ਜਿਹੜੇ ਗੱਡੀ ਦੇ ਸੀਗੇ ਮਾਲਕ ਔਰ ਜਿਹੜੀਆਂ ਸਾਡੀਆਂ ਟੀਮਾਂ ਹਾਲੇ ਫਰਦਰ ਇਨਵੈਸਟੀਗੇਸ਼ਨ ਚੱਲ ਕਰ ਰਹੀਆਂ ਹੈ। ਚੰਡੀਗੜ੍ਹ ਜਿਹੜੀ ਸਾਡੇ ਕੋਲ ਜਿਹੜੀ ਉੱਪਰ ਮਾਰਕਾ ਵੀ ਲੱਗਾ ਹੋਇਆ ਸੇਲ ਫੋਰ ਚੰਡੀਗੜ੍ਹ ਲਿਖਿਆ ਹੋਇਆ ਔਰ ਉਹਦੇ ਸੰਬੰਧ ਵਿੱਚ ਅਸੀਂ ਐਕਸਾਈਜ਼ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਫਰਦਰ ਅਗਲੀ ਇਨਵੈਸਟੀਗੇਸ਼ਨ ਕਰਾਂਗੇ। ਹਾਲੇ ਫਿਲਹਾਲ ਜਿਹੜਾ ਬਹੁਤ ਮੁੱਢਲੀ ਸਟੇਜ 'ਚ ਆ ਜਿਹੜੀ ਸਾਡੀ ਇਨਵੈਸਟੀਗੇਸ਼ਨ, ਫਗਵਾੜਾ ਐਂਡ ਨਾਲ ਲੱਗਦੇ ਹੋਰ ਕਸਬੇ ਦੱਸ ਰਹੇ ਆ ਉਹ ਚੈੱਕ ਕਰ ਰਹੇ ਅਸੀਂ। ਹਾਲੇ ਤੱਕ ਸਾਡੇ ਕੋਲ ਰਿਕਾਰਡ ਮੁਤਾਬਕ ਨਹੀਂ ਹੈਗਾ, ਨਵੇਂ ਬੰਦੇ ਆ ਪਰ ਫਿਰ ਅਸੀਂ ਲੁਧਿਆਣਾ ਪੁਲਿਸ ਦੇ ਨਾਲ ਤਾਲਮੇਲ ਕਰ ਰਹੇ ਹਾਂ ਵੀ ਹੋਰ ਕਿਤੇ ਉੱਥੇ ਫਗਵਾੜਾ ਲੁਧਿਆਣੇ ਦੇ ਵਿੱਚ ਇਹਨਾਂ ਦੇ ਕਿਉਂਕਿ ਰਹਿਣ ਵਾਲੇ ਦੋਨੋਂ ਹੀ ਲੁਧਿਆਣੇ ਦੇ ਆ ਔਰ ਲੁਧਿਆਣਾ ਪੁਲਿਸ ਨਾਲ ਸਾਡਾ ਤਾਲਮੇਲ ਔਲਰੇਡੀ ਤੁਹਾਨੂੰ ਮਿਲ ਜਾਏਗਾ ਰਿਕਾਰਡ ਥੋੜ੍ਹੇ ਚਿਰ ਤੱਕ, ਪਰ ਫਿਲਹਾਲ ਸਾਡੇ ਕੋਲ ਇਨਫੋਰਮੇਸ਼ਨ ਹੈ ਇੱਕੋ ਹੀ ਪਰਸਨ।